ਕਰਤਾਰ ਸਿੰਘ ਦੁੱਗਲ ਦੀ ਕਹਾਣੀ ਰੁਕਮਣੀ ਦਾ ਡਾਡਾ ਰੱਬ ਇੱਕ ਉਮਰ ਸੀ ਰੁਕਮਣੀ ਦੀ ਮੁਹੱਬਤ ਕਰਨ ਦੀ ਜੇ ਉਹਦੀ ਧੀ ਪੜਨ ਲਈ ਵਿਲਾਇਤ ਨਾ ਗਈ ਹੁੰਦੀ ਤਾਂ ਹੁਣ ਉਹ ਦੋਤਰੇ ਦੋਤਰੀ ਵਾਲੀ ਹੁੰਦੀ ਪਰ ਇਸ ਭੈੜੇ ਦਿਲ ਦਾ ਕੋਈ ਕੀ ਕਰੇ ਉਹਨੂੰ ਬਰਗੇਡੀਅਰ ਕਮਰਾਨ ਚੰਗਾ ਲੱਗਣ ਲੱਗ ਪਿਆ ਸੀ ਇੱਕ ਵਾਰ ਉਸ ਪਹਿਲੇ ਵੀ ਉਹਨੂੰ ਵੇਖਿਆ ਸੀ ਰੁਕਮਣੀ ਵਾਲ ਧੋਕੇ ਬਾਹਰ ਚਟਕਾਂ ਲਵਾ ਰਹੀ ਸੀ ਪਿਛਲੇ ਸਾਲ ਦੀ ਗੱਲ ਹੈ ਉਹਦੇ ਘਰ ਵਾਲੇ ਨੂੰ ਪੁੱਛਦਾ ਪੁੱਛਦਾ ਕੋਠੀ ਚ ਆਵੜਿਆ ਸੀ ਬਿਨਾ ਘੰਟੀ ਵਜਾਏ ਬਿਨਾ ਦਰਵਾਜ਼ਾ ਖਟਖਟਾਏ ਕਿਸੇ ਦੇ ਘਰ ਆਵੜਿਆ ਸੀ ਤੇ ਰੁਕਮਣੀ ਦਾ ਮਰਦ ਘਰ ਨਹੀਂ ਸੀ ਤੇ ਉਹੀ ਕਦਮ ਉਹ ਮੁੜ ਗਿਆ ਸੀ ਰੁਕਮਣੀ ਨੇ ਉਹਨੂੰ ਇੰਨਾ ਵੀ ਨਹੀਂ ਸੀ ਕਿਹਾ ਵੀ ਉਹ ਝਟ ਘੜੀ ਰੁੱਕ ਜਾਏ ਪਾਣੀ ਦਾ ਘੁੱਟ ਪੀ ਲਏ ਉਹਦਾ ਘਰ ਵਾਲਾ ਆਂਦਾ ਹੀ ਹੋਏਗਾ ਤੇ ਫਿਰ ਉਹ ਸਭ ਕੁਝ ਭੁੱਲ ਭੁਲਾ ਗਈ ਰਾਤੀ ਜਦੋਂ ਉਹਦਾ ਪਤੀ ਪਰਤਿਆ ਉਹਨੂੰ ਦੱਸਣਾ ਤਾਂ ਕਿ ਯਾਦ ਨਾ ਰਿਹਾ ਕਿ ਕੋਈ ਉਹਨੂੰ ਮਿਲਣ ਆਇਆ ਸੀ ਫਰੋਜ਼ ਦਿਨ ਜਦੋਂ ਆਇਆ ਤਾਂ ਪਤਾ ਨਹੀਂ ਕੀ ਹੋਇਆ ਰੁਕਮਣੀ ਦਾ ਜੀ ਨਾ ਕਰੇ ਕਿ ਉਹਨਾਂ ਦਿਓ ਉੱਠੇ ਕੋਠੀ ਦੇ ਬਾਹਰ ਲੌਨ ਦੀ ਇੱਕ ਗੁੱਠ ਵਿੱਚ ਬੈਠੇ ਚਾਹ ਚੱਲਦੀ ਰਹੀ। ਰੁਕਮਣੀ ਦਾ ਘਰ ਵਾਲਾ ਸੀ ਤੇ ਉਹ ਸੀ, ਹੋਰ ਕੋਈ ਨਹੀਂ ਸੀ। ਰੁਕਮਣੀ ਨੂੰ ਪ੍ਰਤੀਤ ਹੁੰਦਾ ਜਿਵੇਂ ਉਹਦਾ ਵਿਹੜਾ ਭਰਿਆ-ਭਰਿਆ ਹੋਵੇ। ਇੱਕ ਅਜੀਬ ਗਹਿਮਾ-ਗਹਿਮੀ ਸੀ। ਉਹਨੂੰ ਗੋਤੇ ਆਉਣ ਲੱਗ ਪੈਂਦੇ। ਕਿਸ ਤਰ੍ਹਾਂ ਉਹ ਲੋਕ ਹੱਸ ਰਹੇ ਸਨ, ਗੱਲ-ਗੱਲ ਤੇ ਹੱਸਣ ਲੱਗ ਪੈਂਦੇ। ਕਦੇ-ਕਦੇ ਰੁਕਮਣੀ ਨੂੰ ਇੰਜ ਲੱਗਦਾ ਜਿਵੇਂ ਕੋਈ ਗਾ ਰਿਹਾ ਹੋਵੇ। ਕਿਸੇ ਨਗਮੇ ਦੇ ਬੋਲ ਅਚਾਨਕ ਉਹਦੇ ਕੰਨਾਂ 'ਚ ਗੂੰਜਣ ਲੱਗ ਪੈਂਦੇ। ਫਿਰ ਉਹਦੇ ਮਹਿਮਾਨ ਦੀ ਹਾਸੀ 'ਚ ਗੁਰੂੰਦ ਹੋ ਜਾਂਦੇ। ਸੂਹੇ ਸਾਵੇ ਰੰਗ ਚਮਚਮ ਕਰਦੇ ਕਿਸੇ ਦੀਆਂ ਮੁਸਕਾਨਾਂ ਚ ਵਿਲੀਨ ਹੋ ਜਾਂਦੇ ਲਾਉਣ ਦੇ ਚੋਹਾਂ ਪਾਸੇ ਫੁੱਲ ਖਿੜੇ ਸਨ ਗੁਲਾਬ ਤੇ ਗੁਲਦੋਦੀਆਂ ਡੈਲੀਏ ਤੇ ਨਰਗਿਸ ਬੇਸ਼ੱਕ ਫੁੱਲਾਂ ਦੀ ਖੁਸ਼ਬੂ ਸੀ ਪਰ ਇਹ ਤਾਂ ਕੋਈ ਹੋਰ ਹੀ ਵਾਸ਼ਨਾ ਸੀ ਹੌਲੇ ਹੌਲੇ ਤੁਰਦੀ ਉਹਦੇ ਅੰਦਰ ਤਸਦੀ ਜਾ ਰਹੀ ਸੀ ਉਦਾਂ ਗੰਗ ਸਰਸਾਰ ਹੋ ਰਿਹਾ ਸੀ ਇੱਕਦਮ ਮੋਦ ਖੁਸ਼ੀ ਜੀ ਰੁਕਮਣੀ ਨੂੰ ਮਹਿਸੂਸ ਹੋ ਰਹੀ ਸੀ ਜਿਵੇਂ ਰਿਮ ਝਿਮ ਫੁਆਰ ਪੈਰੀ ਹੋਵੇ ਇਕ ਸਵਾਦ ਸਵਾਦ ਵਿੱਚ ਉਹਦੀਆਂ ਅੱਖਾਂ ਪਿੱੜਦੀਆਂ ਜਾ ਰਹੀਆਂ ਸਨ ਕੁਛ ਚਿਰ ਤੇ ਅਚਾਨਕ ਉਹਦੇ ਮੂੰਹ ਨਿਕਲਿਆ ਤੁਸੀਂ ਅੰਦਰ ਕਿਉਂ ਨਹੀਂ ਚੱਲਦੇ ਅੰਦਰ ਗੋਲ ਕਮਰੇ 'ਚ ਚੱਲ ਕੇ ਬੈਠਦੇ ਆ ਸਰਕਾਲਾਂ ਪੈ ਰਹੀਆਂ ਸਨ ਉੱਠਦੇ ਉੱਠਦੇ ਗੋਲ ਕਮਰੇ ਤੱਕ ਪੁੱਜਦੇ ਪੁੱਜਦੇ ਚਾਹ ਦਾ ਵਕਤ ਖਤਮ ਹੋ ਚੁੱਕਾ ਸੀ ਹੁਣ ਤੇ ਫੌਜੀਆਂ ਦੇ दारू ਦਾ ਵੇਲਾ ਹੋ ਗਿਆ ਸੀ ਤੇ ਫਿਰ ਕੀ ਰੁਕਮਣੀ ਗੋਲ ਕਮਰੇ ਦੀ ਨੁੱਕਰ 'ਚ ਬਣਾਏ 바ਰ ਕਾਊਂਟਰ ਦੀ ਮੱਧਮ ਬੱਤੀ ਨੂੰ ਚਾਲੂ ਕਰਕੇ ਨਾਲ ਦੇ ਕਮਰੇ 'ਚ ਚਲੀ ਗਈ ਉਧਰੋਂ ਦਿਉ ਲੱਥਾ ਇਧਰ ਠੰਡ ਹੋ ਗਈ ਸੀ ਤੇ ਰੁਕਮਣੀ ਨੇ ਸੋਚਿਆ ਉਹ ਸ਼ਾਲ ਲੈ ਲੇਗੀ ਸ਼ਾਲ ਜਾਂ ਕਾਰਡੀਗਨ ਕੁਝ ਚਿਰ ਬਾਅਦ ਜਦੋਂ ਮੁੜੀ ਉਸ ਪਸ਼ਮੀਨੇ ਦਾ ਉਨਾਭੀ ਰੰਗ ਦਾ ਸ਼ਾਲ ਹੀ ਨਹੀਂ ਲਿਆ ਆਪਣੇ ਨਕਸ਼ਿਕ ਨੂੰ ਵੀ ਸਵਾਰਿਆ ਸੀ ਉਹਦੇ ਹੋਠਾਂ ਤੇ ਲਿਪਸਟਿਕ ਦਾ ਰੰਗ ਉਹਦੇ ਸ਼ਾਲ ਦੇ ਰੰਗ ਨਾਲ ਮਿਲਦਾ ਸੀ ਉਹੀ ਗੱਲ ਜਦੋਂ ਗੋਲ ਕਮਰੇ ਚ ਆਈ ਮਰਦ ਸਕਾਚ ਲੈ ਕੇ ਬੈਠੇ ਸਨ ਰੁਕਮਣੀ ਨੇ ਨੌਕਰ ਨੂੰ ਆਵਾਜ਼ ਦਿੱਤੀ ਫ੍ਰਿਜ ਚ ਰੱਖੇ ਕਬਾਬ ਸੇਕ ਕੇ ਲਿਆਉਣ ਲਈ ਉਹਨੂੰ ਕਹਿ ਰਹੀ ਸੀ ਮਹਿਮਾਨ ਨਾ ਨੁਕਰ ਕਰਦਾ ਰਿਹਾ ਹੁਣੇ ਤੇ ਚਾਹ ਨਾਲ ਇਹਨਾਂ ਕੁਝ ਖਾਦਾ ਉਹ ਮੁਰਮੁਰ ਕੇ ਕਹਿੰਦਾ ਤੇ ਰੁਕਮਣੀ ਨੇ ਕਬਾਬ ਤੇ ਹੋਰ ਢੇਰ ਸਾਰਾ ਨਿਕਸੁਕ ਮੰਗਵਾ ਲਿਆ ਇੱਕ ਵਿਸਕੀ ਤੋਂ ਬਾਅਦ ਇੱਕ ਹੋਰ ਫੇਰ ਇੱਕ ਹੋਰ ਫੇਰ ਕਾਮਰਾਨ ਨੇ ਇਨਕਾਰ ਕਰਨਾ ਛੱਡ ਦਿੱਤਾ ਉਸ ਰਾਤ ਰੁਕਮਣੀ ਨੇ ਉਹਨੂੰ ਖਾਣਾ ਖਵਾ ਕੇ ਤੋਰਿਆ ਦੌਰੇ ਤੇ ਆਇਆ ਹੋਇਆ ਸੀ ਮੈਸਚ ਰੁਕਿਆ ਹੋਇਆ ਸੀ ਕਿਹੜਾ ਪਿੱਛੇ ਕੋਈ ਉਹਦੀ ਉਡੀਕ ਹੋ ਰਹੀ ਸੀ ਮੈਂ ਮਾਨ ਨੂੰ ਉਹਦੀ ਜੀਪ 'ਚ ਬਿਠਾ ਕੇ ਆਪਣੇ ਕਮਰੇ 'ਚ ਆਈ ਰੁਕਮਣੀ ਇੰਜ ਨਡਾਲ ਹੋ ਕੇ ਪਲੰਗ ਤੇ ਡਿੱਗੀ ਜਿਵੇਂ ਕੋਈ ਸੈਂਕੜੇ ਕੋ ਪੈਂਡਾ ਕੱਚ ਕੇ ਆਇਆ ਹੋਵੇ ਉਹਦਾ ਅੰਗ ਗੰਗ ਦੁਖ ਰਿਆ ਸੀ ਆਪਣੇ ਪਲੰਗ ਤੇ ਲੇਟੀ ਰੁਕਮਣੀ ਸੋਚ ਰਹੀ ਸੀ ਸੱਚਮੁੱਚ ਉਹ ਕਿੰਨਾ ਦੂਰ ਨਿਕਲ ਆਈ ਸੀ ਇੰਜ ਵੀ ਕਦੇ ਕਿਸੇ ਨਾਲ ਹੋਇਆ ਹੋਵੇਗਾ ਇੰਜ ਵੀ ਕਦੀ ਕਿਸੇ ਉਡਾਨ ਭਰੀ ਹੋਏਗੀ ਡੂੰਗੇ ਨੀਲੇ ਆਕਾਸ਼ 'ਚ ਇੰਜ ਵੀ ਕਦੀ ਕੋਈ ਕੁੱਦਿਆ ਹੋਏਗਾ ਠਾਠਾ ਮਾਰ ਰੇ ਪਾਣੀਆਂ 'ਚ ਰੁਕਮਣੀ ਮੁਰਮੁਰਾ ਆਪਣੇ ਆਪ ਨੂੰ ਸਮਝਾਉਂਦੀ ਉਹਨੂੰ ਇਹ ਕੀ ਹੋ ਰਿਹਾ ਸੀ ਸੌਣ ਤੋਂ ਪਹਿਲਾਂ ਹਮੇਸ਼ਾ ਮੰਗ ਉਸ ਦਿਨ ਉਹਦੇ ਘਰ ਵਾਲੇ ਨੇ ਆਪਣੀ ਬਾਹ ਉਹਦੇ ਵੱਲ ਵਧਾਈ ਇੰਜ ਜਦੋਂ ਸਾਰੀ ਸ਼ਾਮ ਦੇ ਮਾਣੇ ਨਸ਼ੇ ਤੋਂ ਬਾਅਦ ਆਪਣੀ ਬਾਹ ਉਹਦੇ ਵੱਲ ਉਭਾਇਆ ਕਰਦਾ ਉਹਦਾ ਹੱਥ ਫੜ ਕੇ ਰੁਕਮਣੀ ਆਪਣੀਆਂ ਗੱਲਾਂ ਤੇ ਰੱਖ ਲੈਂਦੀ ਤੇ ਜਿਵੇਂ ਉਹਨੂੰ ਠੰਡ ਪੈ ਰਹੀ ਹੋਵੇ ਤੇ ਫਿਰ ਮਰਦ ਦਾ ਹੱਥ ਟੋਲਦਾ ਟੋਲਦਾ ਕਿਤੇ ਦਾ ਕਿਤੇ ਜਾ ਪੁੱਜਦਾ ਪਰ ਅੱਜ ਰਾਤ ਨਹੀਂ ਅੱਜ ਦੀ ਰਾਤ ਤਾਂ ਉਹ ਸਿਜਦੇ ਚ ਪਈ ਸੀ ਇਰ ਦੇ ਡੂੰਗੇ ਡੂੰਗੇ ਸਾਵਾ ਦੀ ਆਵਾਜ਼ ਉਹਦੇ ਕੰਨਾਂ ਚ ਪੈਣ ਲੱਗ ਪਈ। ਉਹ ਬੇਸੁੱਧ ਸੌਂ ਗਈ ਸੀ। ਕੋਸੇ ਕੋਸੇ ਦੋ ਹੰਝੂ ਰੁਕਮਣੀ ਦੀ ਅੰਗਨੀਆਂ ਤੇ ਡਲਕਣ ਲੱਗ ਪਏ। ਉਹ ਦਿਨ ਤੇ ਅੱਜ ਦਾ ਦਿਨ ਰੁਕਮਣੀ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕੀ। ਜਦੋਂ ਵਿਹਲੀ ਹੁੰਦੀ ਜਦੋਂ ਕੱਲੀ ਹੁੰਦੀ ਆਪਣੇ ਆਪ ਨੂੰ ਕੋਸਣ ਲੱਗ ਪੈਂਦੀ। ਜਦੋਂ ਕੋਈ ਸੱਤ ਧਰਮ ਦੀ ਕਹਾਣੀ ਸੁਣਦੀ ਉਹਦਾ ਮਨ ਉਹਨੂੰ ਮਲਾਮਤ ਕਰਨ ਲੱਗ ਪੈਂਦਾ। ਰੇਡੀਓ ਤੇ ਟੀਵੀ ਤੇ ਕਿਸੇ ਤਰੀ ਮਤ ਦੀ ਬੇਵਫਾਈ ਦਾ ਜ਼ਿਕਰ ਹੁੰਦਾ ਤੇ ਰੁਕਮਣੀ ਥਰ-ਥਰ ਕੰਬਣ ਲੱਗ ਪੈਂਦੀ ਕਿਸੇ ਦਾ ਘਰ ਟੁੱਟ ਰਿਹਾ ਵੇਖਦੀ ਲੜਾਈਆਂ ਝਗੜੇ ਬਾਹਰ ਘੁੱਟ ਮੁਕਦਮੇबाजी ਤਲਾਕ ਰੁਕਮਣੀ ਅੱਖੀਆਂ ਭੇਡ ਲੈਂਦੀ ਉਹਦੇ ਪਰਸਿਓਂ ਛੁੱਟਣ ਲੱਗ ਪੈਂਦੇ ਪਰ ਫੇਰ ਕਿਸੇ ਨੂੰ ਪਿਆਰ ਕਰ ਰਿਹਾ ਕਿਸੇ ਨੂੰ ਕਿਸੇ ਵੱਲ ਸਧਰਾਈਆਂ ਹੋਈਆਂ ਨਜ਼ਰਾਂ ਨਾਲ ਤੱਕ ਰਿਹਾ ਕਿਸੇ ਦਾ ਕਿਸੇ ਨੂੰ ਯਾਦ ਕਰਨਾ ਕਿਸੇ ਦਾ ਕਿਸੇ ਲਈ ਸੈਕਣਾ ਉਸੀਆਂ ਪਾਉਣਾ ਰੁਕਮਣੀ ਵੇਖਦੀ ਤੇ ਉਹਦੇ ਜੀ ਨੂੰ ਕੁਝ ਕੁਝ ਹੋਣ ਲੱਗ ਪੈਂਦਾ ਉਹਦਾ ਕਲੇਜ ਕਲਵਲ ਕਰ ਉੱਠਦਾ। ਉਹਦੀਆਂ ਅੱਖੀਆਂ ਸਾਹਮਣੇ ਆਪਣੇ ਗੇਟ ਤੇ ਜਾ ਲੱਗਦੀਆਂ। ਕੋਈ ਉਹਨਾਂ ਦੀ ਘੰਟੀ ਨਾ ਵਜਾਏ, ਕੋਈ ਦਰਵਾਜ਼ੇ ਨੂੰ ਨਾ ਖਟਕਾਏ। ਚਿਪਚਿਪੀ ਤਮਲ ਕੜੇ ਉਹਦੇ ਆਂਗਣ ਚ ਆਵੜੇ। ਰੁਕਮਣੀ ਨੂੰ ਲੱਗਦਾ ਉਹਦਾ ਵਿਹੜਾ ਮਹਿਕ ਉੱਠੇਗਾ। ਉਹਦੇ ਲਾਂਬ-ਜਾਮ ਚ ਰੌਣਕ ਆ ਜਾਏਗੀ। ਪਿੰਜਰੇ ਚ ਡੱਕੀ ਨਿਮੋ ਝੋਣ ਮੈਨਾ ਚੈਕਣ ਲੱਗ ਪਏਗੀ। ਇਨ ਬੇਨਿੰਜ ਜਿਵੇਂ ਰੁਕਮਣੀ ਸੀ ਕੋਈ ਕੋਈ ਉਦਾਸ-ਉਦਾਸ, ਰਵਾਂਸੀ-ਰਵਾਂਸੀ। ਚੰਗੀ ਭਲੀ ਹੁੰਦੀ ਉਹਨੂੰ। ਖੁੱਸੜ ਉੱਠਣ ਲੱਗ ਪੈਂਦੇ। ਹਸਰੀ ਖੇਡ ਰਹੀ ਅਚਾਨਕ ਉਹਨੂੰ ਕੋਈ ਯਾਦ ਆਉਂਦੀ। ਉਹ ਆਪਣੇ ਆਪ 'ਚ ਗੜੂੰਦ ਹੋ ਜਾਂਦੀ। ਉਹਨੂੰ ਲੱਗਦਾ ਜਿਵੇਂ ਕਿਸੇ ਦਾ ਕੁਝ ਗਵਾਚ ਗਿਆ ਹੋਵੇ ਤੇ ਫਿਰ ਕਿੰਨਾ ਕਿੰਨਾ ਚਿਰ ਉਹ ਵੱਟੇ ਦਾ ਵੱਟਾ ਪਈ ਰਹਿੰਦੀ। ਉਹਨੂੰ ਨਾ ਖਾਣ ਚੰਗਾ ਲੱਗਦਾ ਨਾ ਪੀਣ ਚੰਗਾ ਲੱਗਦਾ। ਸਾਰੀ ਰਾਤ ਉਹਦੀਆਂ ਅੱਖਾਂ 'ਚ ਗੁਜ਼ਰ ਜਾਂਦੀ। ਉਹ ਗਵੰਡੀਆਂ ਦੇ ਜਾਂਦੀ। ਕੋਈ ਉਹਦੇ ਗੱਲ ਹੀ ਉਹਦੀ ਗੱਲ ਹੀ ਚੱਕਰੇ ਕਿ ਕਿਸੇ ਨੂੰ ਉਹਦਾ ਖਿਆਲ ਨਾ ਆਉਂਦਾ। ਉਹ ਸ਼ਾਮੀ ਕਲੱਬ 'ਚ ਉਹਦੀ ਜਾਣ ਪਛਾਣ ਉਹਦੇ ਹੇਠ ਕੰਮ ਕਰ ਚੁੱਕੇ ਅਫਸਰਾਂ ਦੇ ਮੂਹਰੇ ਲੇਖਦੀ ਰਹਿੰਦੀ ਕਿਸੇ ਨੂੰ ਨਹੀਂ ਸੋਝਦਾ ਸੀ ਉਹਦੀ ਕਿਸੇ ਯਾਦ ਨੂੰ ਦੁਹਰਾਏ ਕਈ ਵਾਰ ਰੁਕਮਣੀ ਉਹਦਾ ਨਾਮ ਲੈਂਦੀ ਉਹਦੀ ਕੋਈ ਕਹਾਣੀ ਛੇੜਦੀ ਅਗਲੇ ਹੋਰ ਦੇ ਹੋਰ ਕਿਸੇ ਲੈ ਬੰਦੇ ਤੇ ਉਹਨੂੰ ਲੱਗਦਾ ਜਿਵੇਂ ਉਹਦਾ ਘਰ ਵਾਲਾ ਪੈਰੋਂ ਪੈਰੋਂ ਤੋਂ ਦੂਰ ਹੁੰਦਾ ਜਾ ਰਿਹਾ ਹੋਵੇ ਘਰ 'ਚੋਂ ਦੋ ਹੀ ਤੇ ਜੀ ਸਨ ਇਸ ਤਰ੍ਹਾਂ ਦੇ ਹਾਲਾਤ ਵਿੱਚ ਜੇ ਕੋਈ ਉਂਝ ਚੁੱਪਚਾਪ ਰਹਿਣ ਲੱਗ ਪਏ ਜਿਵੇਂ ਰੁਕਮਣੀ ਰਹਿਣ ਲੱਗ ਪਈ ਸੀ ਜਿਵੇਂ ਉਹ ਆਪਣੇ ਆਪ 'ਚ ਗੁਆਚ ਗੁਆਚ ਜਾਏ ਆਪਣੇ ird gird ਕੰਧਾ ਉਸਾਰ ਲੈ ਗੰਡਾ ਪਾ ਲੈ ਤਾਂ ਫਿਰ ਗਲਤਫਹਿਮੀਆਂ ਗळा ਕੋਟਣ ਲੱਗ ਪੈਂਦੀਆਂ ਰੁਕਮਣੀ ਲੱਖ ਆਪਣੇ ਮਨ ਨੂੰ ਸਮਝਾਉਂਦੀ ਪਰ ਇੰਜ ਜਾਪਦਾ ਜਿਵੇਂ ਉਹਦੇ ਵਾਸਤ 'ਚ ਨਾ ਹੋਵੇ ਇੱਕ ਹਲੂਣਾ ਜਿਹਾ ਹੁੰਦਾ ਤੇ ਉਲਟੀ ਹੋਈ ਕਿਤੇ ਦੀ ਕਿਤੇ ਜਾ ਪੈਂਦੀ ਕੋਈ ਉਹ ਤੋਂ ਪੁੱਛੇ ਉਹਨੂੰ ਕਿੱਥੇ ਭੀੜ ਸੀ ਤੇ ਉਹ ਕਿੱਥੇ ਹੱਥ ਰੱਖਦੀ ਕੋਈ ਉਹ ਤੋਂ ਪੁੱਛੇ ਕਿਉਂ ਉਹਦੀਆਂ ਅੱਖਾਂ ਪੀਗਿਆ ਪੀਗਿਆ ਰਨੀ ਅਸੀ ਤੇ ਉਹ ਕੀ ਜਵਾਬ ਦਿੰਦੀ ਰੁਕਮਣੀ ਡਾਡੀ ਦੁਖੀ ਸੀ ਕੱਲੀ ਆਪਣੇ ਕਮਰੇ ਦੇ ਦਰਵਾਜ਼ੇ ਬੰਦ ਕਰਕੇ ਜੀ ਭਰ ਕੇ ਰੋ ਲੈਂਦੀ ਜੀ ਭਰ ਕੇ ਫਰਿਆਦਾਂ ਕਰ ਲੈਂਦੀ ਜੀ ਭਰ ਕੇ ਕਿਸੇ ਨੂੰ ਲਾਮੇ ਦੇ ਲੈਂਦੀ ਇੰਜ ਕਰਨ ਨਾਲ ਲੱਗ ਹੋਰ ਭੜਕਦੀ ਸੀ ਉਹਨੂੰ ਲੱਗਦਾ ਉਹ ਤੇ دیਵਾਨੀ ਹੋ ਜਾਏਗੀ ਭਾਵੇਂ ਅੱਜ ਹੋਵੇ ਭਾਵੇਂ ਕੱਲ ਤੇ ਰੁਕਮਣੀ ਆਪਣੇ ਰੱਬ ਅੱਗੇ ਹੱਥ ਜੋੜਦੀ ਰਹਿੰਦੀ ਉਹਨੂੰ ਇਸ ਉਮਰ ਚ ਖੁਆਰ ਨਾ ਹੋਣਾ ਪਵੇ ਈਸ਼ਵਰ ਉਹਦੀ ਆਬਰੂ ਰੱਖ ਲਏ ਉਦੀ ਬੀ ਉਦਰੀ ਨਾ ਹੋਵੇ ਨਿਤਨੇਮ ਨਾਲ ਮੰਦਰ ਜਾਂਦੀ ਵਰਤ ਰੱਖਦੀ ਭਜਨ ਪਾਠ ਕਰਦੀ ਮੱਥਾ ਰਗੜਦੀ ਚੜਾਵੇ ਚੜਾਉਂਦੀ ਮੰਨਤਾ ਮੰਨਦੀ ਤੇ ਫਿਰ ਅਚਾਨਕ ਇੱਕ ਦਿਨ ਦਿੱਲੀ ਤੋਂ ਖਬਰ ਆਈ ਉਹਦੇ ਘਰ ਵਾਲੇ ਨੂੰ ਲੰਡਨ ਕੋਰਸ ਕਰਨ ਲਈ ਭੇਜਿਆ ਜਾ ਰਿਹਾ ਸੀ ਇਹ ਉਹੀ ਕੋਰਸ ਸੀ ਜਿਸ ਲਈ ਉਹ ਲੋਕਾਂ ਉਹ ਲੋਕ ਕਦੋਂ ਤੋਂ ਸਿਫਾਰਿਸ਼ਾਂ ਪਵਾ ਰਹੇ ਸਨ ਇਸ ਕੋਰਸ ਤੋਂ ਬਾਅਦ ਉਹਦੇ ਘਰ ਵਾਲੇ ਦੀ ਤਰੱਕੀ ਹੋ ਜਾਣੀ ਸੀ ਉਸ ਬਰਗੇਡੀਅਰ ਬਨ ਜਾਣਾ ਸੀ ਰੁਕਮਣੀ ਨੇ ਮੋੜ-ਮੋੜੇ ਇਸ ਲਈ ਹੱਥ ਜੋੜੇ ਸਨ ਅਰਦਾਸਾਂ ਕੀਤੀਆਂ ਸਨ ਤਰਲੀ ਲੈ ਸਨ ਪਰ ਹੁਣ ਰੁਕਮਣੀ ਦਾ ਦਿਲ ਕਹਿੰਦਾ ਉਹਦਾ ਘਰ ਵਾਲਾ ਬਲਾਇਤ ਨਾ ਜਾਏ ਭਾਵੇਂ ਕੇਵਲ 3 ਮਹੀਨਿਆਂ ਲਈ ਜਾ ਰਿਹਾ ਸੀ ਇੰਜ ਉਹ ਨੂੰ ਇਕੱਲੀ ਛੱਡ ਕੇ ਉਹ ਨਾ ਜਾਏ ਲੰਡਨ ਚੋਂ ਆਪਣੀ ਬੇਟੀ ਨੂੰ ਮਿਲ ਆਏਗਾ ਕੁੜੀ ਇਕੱਲੀ ਰੰਦੀ ਉਧਰ ਗਈ ਹੋਏਗੀ ਪਰ ਨਹੀਂ ਨਹੀਂ ਇਹ ਇਕੱਲੀ ਰੁਕਮਣੀ ਨੂੰ ਪਿੱਛੇ ਘਰ ਖਾਣ ਨੂੰ ਦੌੜੇਗਾ ਉਹਦਾ ਦਮ ਘੁੱਟ ਕੇ ਰਹਿ ਜਾਏਗਾ ਕੱਪੜੇ ਫਾੜ ਕੇ ਕਿਤੇ ਉਹ ਨਿਕਲ ਜਾਏਗੀ ਇੰਜ ਕੱਲੀ ਬੈਠੀ ਕਦੀ-ਕਦੀ ਜਿਵੇਂ ਕੋਈ ਉਹਨੂੰ ਯਾਦ ਕਰਾਉਂਦਾ ਤੂੰ ਆਪ ਹੀ ਤੇ ਸੋਚਦੀ ਸੈਂ ਕੋਈ ਨਾ ਹੋਵੇ ਬਸ ਇੱਕ ਉਹਦੀ ਯਾਦ ਹੋਵੇ ਤੇ ਹੋਰ ਕੁਝ ਵੀ ਨਹੀਂ ਤੇ ਤੈਨੂੰ ਆਪਣੇ ਮਰਦ ਤੋਂ ਉਭਾਉਣ ਲੱਗ ਪਈ ਸੀ ਤੇ ਤੂੰ ਉਹ ਤੋਂ ਦੂਰ-ਦੂਰ ਰਹਿਣ ਲੱਗ ਪਈ ਸੀ ਇੱਕ ਛਾਥੇ ਇੱਕ ਘਰ 'ਚ ਰਹਿੰਦੀ ਕਿੰਨੇ-ਕਿੰਨੇ ਦਿਨ ਤੁਸੀਂ ਇੱਕ ਦੂਜੇ ਨਾਲ ਗੱਲ ਤੱਕ ਨਹੀਂ ਕਰਦੇ ਸੋ ਫਿਰ ਉਹਦਾ ਮਰਦ ਬੁਲਾਇਤ ਤੁਰ ਗਿਆ ਈਸ਼ਵਰ ਨੇ ਉਹਦੀ ਇੱਕ ਨਹੀਂ ਸੁਣੀ ਸੀ ਛੋਣੀ ਜਿਹੜੇ ਵੱਡੇ ਅਫਸਰ ਦੀ ਤਰੀਮਤ ਉਹਦੀਆਂ ਲੱਖ ਖਾਤਰਾ ਹੁੰਦੀਆਂ ਸਰਾੰਢੀ ਗਵੰਢੀ ਮਿਲਣ ਜੁਲਣ ਵਾਲੇ ਉਹਨਾਂ ਦੇ ਦਫ਼ਤਰ ਦੇ ਕਰਮਚਾਰੀ ਹਰ ਕੋਈ ਉਹਦਾ ਖਿਆਲ ਰੱਖਦਾ ਉਹਨੂੰ ਕੋਈ ਤਕਲੀਫ ਨਾ ਹੋਣ ਦਿੰਦੇ ਦਫ਼ਤਰਾਂ ਦੇ ਅਰਦ ਲਈ ਉਂਝ ਦੇ ਉਂਝ ਉਹਦੀ ਖਿਦਮਤ ਲਈ ਹਾਜ਼ਰ ਰਹਿੰਦੇ ਸ਼ਾਮੀ ਕਦੇ ਕਿਸੇ ਦੇ ਕਦੇ ਕਿਸੇ ਦੇ ਯਾਰ ਲੋਕਾਂ ਨੇ ਵਾਰੀਆਂ ਬੰਨ ਲੀਆਂ ਸਨ ਇਹੀ ਜ਼ਿੰਦਗੀ ਤਿੰਨ ਮਹੀਨੇ ਜਿਹੜੇ ਕਰਨੈਲ ਨੰਦਾ ਬਲਾਇਤ ਨੇ ਸ਼ਮੀ ਰੁਕਮਣੀ ਦੇ ਚੁੱਲ੍ਹੇ ਅੱਗ ਨਹੀਂ ਬਲੰਦੇ ਨੇ ਰੁਕਮਣੀ ਦਾ ਦਿਲ ਕਾਲਾ ਪੈਣ ਲੱਗ ਪੈਂਦਾ ਉਹ ਤੇ ਇਕੱਲੀ ਰਹਿਣਾ ਚਾਹੁੰਦੀ ਸੀ ਇਸ ਗੱਲ ਦਾ ਅਹਿਸਾਸ ਕਿ ਉਹਦਾ ਕੋਈ ਵੀ ਨਹੀਂ ਸੀ ਕਦੀ ਕਦੀ ਉਹਦਾ ਜੀ ਕਰਦਾ ਇਹ ਸੋਚ ਕੇ ਆਪਣੇ ਆਪ ਨੂੰ ਕੋਸੇ ਆਪਣੀ ਬੇਹੂਦਗੀ ਤੇ ਲਹੂ ਦੇ ਅਥਰੂ ਵਕਾਏ ਪਰ ਫਿਰ ਰੁਕਮਣੀ ਸੋਚਦੀ ਉਸ ਕੀ ਗੁਨਾਹ ਕੀਤਾ ਸੀ ਉਸ ਤੇ ਕੋਈ ਪਾਪ ਨਹੀਂ ਕੀਤਾ ਸੀ ਪਾਪ ਕਿਉਂ ਨਹੀਂ ਘੰਟਿਆਂ ਬਧੀ ਖਿਆਲਾਂ ਦੀ ਖਿਆਲਾਂ ਵਿੱਚ ਕਿਸੇ ਨਾਲ ਗੱਲਾਂ ਕਰਦੇ ਰਹਿਣਾ ਕਿਸੇ ਦਾ ਸੋਚ ਕੇ ਸਜਣਾ ਕਿਸੇ ਨੂੰ ਯਾਦ ਕਰਕੇ ਖਿੜਕੀਆਂ 'ਚ ਖਲੋਣਾ ਕਿਸੇ ਦੇ ਸੁਪਨੇ ਵੇਖਣਾ ਤੇ ਸੁਪਨਿਆਂ ਵਿੱਚ ਤੇ ਰੁਕਮਣੀ ਪਾਣੀ ਪਾਣੀ ਹੋ ਜਾਂਦੀ ਉਹਦੇ ਕੰਨਾਂ 'ਚ ਧੂਆ ਨਿਕਲ ਜਾਂਦਾ ਉਹਦਾ ਚਿਹਰਾ ਪਖਾ ਪਖਾ ਕਰਨ ਲੱਗ ਪੈਂਦਾ ਉਹਦੇ ਪਰਸਿਓਂ ਛੁੱਟਣ ਲੱਗ ਪੈਂਦੇ ਉਹਨੂੰ ਆਪਣਾ ਆਪ ਡਾਡਾ ਮੈਲਾ ਮੈਲਾ ਮਹਿਸੂਸ ਹੁੰਦਾ ਰੁਕੋ ਬੰਦੜੀਏ ਤੇਰ ਕੋ ਜਨਾਰਾਏ ਕਈ ਵਰੇ ਹੋਏ ਕਿਸੇ ਨੇ ਖਫਾ ਹੋ ਕੇ ਉਹਨੂੰ ਗਾਲੀਆਂ ਬਕੀਆਂ ਸਨ ਇਹਦੇ ਹੋਰ ਕਿੰਨਾ ਬੁਰਾ ਕਿੰਨਾ ਕੁਝ ਬੁਰਾ ਭਲਾ ਇਸ ਤਰ੍ਹਾਂ ਦੀਆਂ ਸਲਵਾਤਾਂ ਆਪ ਮੁਹਾਰੀਆਂ ਉਹਦੇ ਕੰਨਾਂ 'ਚ ਗੂੰਜਣ ਲੱਗ ਪੈਂਦੀਆਂ ਰੁਕੋ ਬੰਦੜੀਏ ਤੇਰੇ ਸਿਰ ਸੁਆਪ ਆਏ ਧੰਨਵਾਦ ਚਲਦਾ